ਸੁੰਦਰ ਲਾਲ ਸਬਜ਼ੀ ਸੁਬਜੀ ਲੈਣ ਲੱਗ ਗਏ ਉਹ ਸਬਜ਼ੀ ਵਾਲੇ ਕੋਈ ਮੈਂ ਉਧਰੋਂ ਆਉਂਦਾ ਸੀਗਾ ਕਈ ਵਾਰੀ ਖੜ ਜਾਂਦਾ ਦੋ ਬੰਦੇ ਬੈਠੇ ਸੀ ਮੈਨੂੰ ਕਹਿੰਦੇ ਸੁੰਦਰ ਨੂੰ ਬੁਲਾਈ ਉਹ ਇੱਥੇ ਹਰੀਜਨ ਮੁਹੱਲੇ ਦੇ ਉਹ ਕਹਿੰਦਾ ਅਸੀਂ ਤੁਹਾਡੇ ਪੁਰਾਣੇ ਉੱਧਰ ਜਾ ਰਹਿੰਦੇ ਸੀ ਨਾਲ ਰਹਿੰਦੇ ਆ ਉਹ ਪੁੱਛਣਾ ਕਿ ਤੁਹਾਡੀ ਉਮਰ ਕਿੰਨੀ ਆ ਮੈਨੂੰ ਜਾਣ ਦੇ ਗਈ ਮੈਂ ਕਿਹਾ ਉਮਰ ਤਾਂ ਮੇਰੀ ਨਹੀਂ ਕਹਿੰਦਾ ਮੈਂ ਤਾਂ ਕਹਿੰਦਾ 10-12 ਸਾਲ ਛੋਟਾ ਮੈਨੂੰ ਦੇਖਣ 'ਤੇ ਹੱਟ ਗਿਆ ਇੱਕ ਨਾਲ ਬੈਠਾ ਸੀ ਉਹ ਵੀ ਉੱਥੇ ਦੇ ਹੀ ਉੱਧਰ ਲਈ ਉਹ ਗੱਲਾਂ ਗੁੱਲਾਂ ਕਰਨ ਲੱਗ ਗਏ ਉਹਨਾਂ ਨੂੰ ਇਹ ਆ ਗਏ ਕੀ ਕੀਤਾ ਵੀ ਤੁਹਾਡੇ ਨਾਲ ਜਦੋਂ ਆਏ ਨੇ ਆਏ ਤਾਂ ਮੈਨੂੰ ਤਾਂ ਉਹੀ 500 ਨੋਟ ਬਚਾਇਆ ਸਬਜ਼ੀ ਲੈਣ ਲੱਗ ਗਏ ਸਬਜ਼ੀ ਉਹਨਾਂ ਨੇ ਬੈਂਗਣੀ ਕਿਤੇ ਛੱਡ ਕੇ ਲੈ ਕੇ ਨਹੀਂ ਗਿਆ ਤੁਹਾਡੇ ਵਿੱਚ ਤੁਹਾਡੇ ਕੋਲ ਉਸ ਵਕਤ ਤੁਸੀਂ ਉੱਥੇ ਸੀਗੇ ਤੁਹਾਡਾ ਕੀ ਲੈ ਕੇ ਗਏ ਮੁੰਦੀ ਕਿੰਨੇ ਤੋਲੇ ਦੀ ਸੀ ਮੁੰਦੀ ਤਕਰੀਬਨ ਸੀਗੀ ਤੋਲੇ ਦੀ ਤੋਲੇ ਕੀ ਕਿਹਾ ਤੁਹਾਨੂੰ ਉਹਨਾਂ ਨੇ ਮੁੰਦੀ ਲੈਣ ਲਈ ਕੀ ਕਿਹਾ ਤੁਹਾਨੂੰ ਉਹ ਬਸ ਲਾ ਲਈ ਜੀ ਉਹਨਾਂ ਇੱਕ ਨੇ ਉਹ ਲੈ ਦੀ ਨਹੀਂ ਦੂਏ ਨੇ ਪਤਾ ਨਹੀਂ ਲੱਗਿਆ ਉਸ ਟਾਈਮ ਕੀ ਹੋ ਰਿਹਾ ਉਹਦੇ ਨਾਲ ਪਤਾ ਤਾਂ ਲੱਗਦਾ ਸੀਗਾ ਪਰ ਮੈਂ ਇੱਧਰ ਨੂੰ ਖਿੱਚਦਾ ਸੀ ਉਹ ਫਟਾਫਟ ਲਾ ਕੇ ਮੋਟਰਸਾਈਕਲ ਤੇ ਬੈਠੇ ਇਹ ਸੀਗੇ ਪਤਾ ਨੀ ਚੱਕਰ ਜਿਹਾ ਆਉਂਦਾ ਸੀ ਮਾੜਾ ਜਿਹਾ ਉਹ ਅਸਲ ਚ ਨਾ ਦੋ ਤਿੰਨ ਤਾਂ ਉਰੇ ਸੀਗੇ ਉਹ ਇੱਕ ਫੇਰ ਬੈਠਿਆ ਉੱਥੋਂ ਕਿਤੇ ਪਹਿਲੇ ਜਿਹੜਾ ਦਵਾਈਆਂ ਦੀ ਦੁਕਾਨ ਉੱਥੋਂ ਬੈਠਿਆ ਹੋ ਸਕਦਾ ਇੱਕ ਮੋਟਰਸਾਈਕਲ ਉੱਧਰ ਹੋਰ ਖੜਾ ਹੋਵੇ ਉਹਨਾਂ ਦਾ ਰੋਕਣ ਦੀ ਤਾਂ ਪਤਾ ਹੀ ਲੱਗਿਆ ਜੀ ਫਟਾਫਟ ਮੈਂ ਰੋਕਣ ਮੈਂ ਨੱਠਿਆ ਮਗਰ ਨੱਠੇ ਮੈਂ ਐ ਕੀਤਾ ਹੱਥ ਛਿੜਾ ਕੇ ਉਹ ਤੇਜ਼ ਬਹੁਤ ਹੀ ਮੋਟਰਸਾਈਕਲ ਇੱਕ ਲੱਖ ਬਹੁਤ ਤੇਜ਼ ਕਰ ਨਾਮ ਕੀ ਤੁਹਾਡਾ ਸਾਹਿਲ ਸਾਹਿਲ ਜੀ ਕੀ ਘਟਨਾ ਹੋਈ ਆ ਤੁਹਾਡੇ ਨਾਲ ਮੇਰੇ ਦਾਦਾ ਜੀ ਸਾਹਮਣੇ ਗਏ ਸੀਗੇ ਸਬਜ਼ੀ ਲੈਣ ਅਤੇ ਉੱਥੇ ਤਿੰਨ ਕੁ ਮੁੰਡੇ ਆਏ ਤਿੰਨ ਜਾਂ ਚਾਰ ਸੀਗੇ ਅਤੇ ਉਹ ਕਹਿੰਦੇ ਵੀ ਪਹਿਲਾਂ ਉਲਝਾ ਲਿਆ ਗੱਲਾਂ 'ਚ ਪੈਸੇ ਦੇ ਦਿਓ ਵੱਧ ਘੱਟ ਗੱਲਾਂ 'ਚ ਉਲਝਾ ਕੇ ਉਸ ਤੋਂ ਬਾਅਦ ਕਹਿੰਦੇ ਤੁਹਾਡੀ ਰਿੰਗ ਸੋਨੇ ਦੀ ਹੈ ਕਿ ਡੁਪਲੀਕੇਟ ਹੈ ਬਾਊ ਜੀ ਕਹਿੰਦੇ ਸੋਨੇ ਦੀ ਹੈ ਉਹ ਕਹਿੰਦੇ ਤਾਰ ਕੇ ਦਿਖਾਓ ਪਤਾ ਨਹੀਂ ਕੁਛ ਸੰਘਾਤਾ ਜਾਂ ਕੁਛ ਕੀ ਕੀਤਾ ਅਤੇ ਬਾਊ ਜੀ ਨੇ ਫਿਰ ਤਾਰਨ ਦੀ ਕੋਸ਼ਿਸ਼ ਕੀਤੀ ਉਤਰੀ ਨਹੀਂ ਉਹਨਾਂ ਨੇ ਖਿੱਚ ਕੇ ਤਾਰ ਕੇ ਲੈ ਕੇ ਭੱਜ ਗਏ ਕਿੰਨੇ ਕੁ ਵਜੇ ਬੁੰਦੀ ਹੋਈ 1:35 ਦੀ ਗੱਲ ਹੈ ਦੁਪਹਿਰ ਦੀ ਕਿੰਨੇ ਕੁ ਵਜੇ ਦੀ ਬੁੰਦੀ ਹੈ 1 ਤੋਲੇ ਦੀ ਤੇ 1:35 ਦੀ ਗੱਲ ਹੈ ਤੇ ਉਹਨਾਂ ਨੂੰ ਕਿੰਨੇ ਚਿਰ ਬਾਅਦ ਪਤਾ ਲੱਗਿਆ ਵੀ ਪਹਿਲਾਂ ਘਟਨਾ ਹੋ ਗਈ ਹੈ ਉਹ 5 ਮਿੰਟ ਬਾਅਦ ਆ ਕੇ ਮੈਨੂੰ ਦੱਸਿਆ ਫਿਰ ਦਾਦਾ ਜੀ ਨੇ ਮੈਂ ਦੁਕਾਨ ਤੇ ਬੈਠਾ ਸੀਗਾ ਸਰਿਆਮ ਬਾਜ਼ਾਰ 'ਚ ਘਟਨਾ ਹੋਈ ਸਰਿਆਮ ਬਾਜ਼ਾਰ ਦੇ ਵਿੱਚ ਦਿਨ ਦਹਾੜੇ ਜੀ ਰੋਲਾ ਨਹੀਂ ਪਾਇਆ ਸਰ ਇਹਨਾਂ ਨੇ ਰੌਲਾ ਪਾਇਆ ਪਰ ਜਾਨੂ ਦਾ ਉਹ ਭੱਜ ਚੁੱਕੇ ਸੀਗੇ ਜੀ ਕੋਈ ਸੀਸੀਟੀਵੀ ਫੋਟੋਜ਼ ਵਗੈਰਾ ਸੀਸੀਟੀਵੀ ਮੈਂ ਦੋ ਕੁ ਦੁਕਾਨਾਂ ਤੇ ਜਾ ਕੇ ਆਇਆ ਦੋ ਤਿੰਨ ਦੁਕਾਨਾਂ ਤੇ ਜਿੰਨੀ ਕੁ ਮੈਨੂੰ ਮਿਲੀ ਹੈ ਮੇਰੇ ਕੋਲ ਹੈਗੀ ਹੈ ਕੁਝ ਪਤਾ ਕਿਹੜਾ ਮੋਟਰਸਾਈਕਲ ਸੀ ਕਿਸ ਤਰ੍ਹਾਂ ਸਪਲੈਂਡਰ ਸੀਗਾ ਸ਼ਾਇਦ ਕਿੰਨੇ ਜਾਣੇ ਸੀਗੇ ਦੋ ਮੁੰਡੇ ਇੱਧਰ ਨੂੰ ਗਏ ਨੇ ਦੋ ਦਾ ਮੋਟਰਸਾਈਕਲ ਸਾਹਮਣੇ ਖੜਾ ਸੀ ਟੋਟਲ 4 ਦੀ ਸਾਨੂੰ ਹੈਗਾ ਲੱਗਦਾ ਦਿਨ ਦਿਹਾੜੇ ਲੁੱਟ ਹੁੰਦੀ ਹੈ ਦਿਨ ਦਿਹਾੜੇ ਲੁੱਟ ਦੇਖਦੇ ਤੁਸੀਂ ਕੀ ਮੰਗ ਕਰਦੇ ਬਹੁਤ ਮਾੜਾ ਹਾਲ ਹੈ ਜੀ ਕੋਈ ਇਹਦੇ ਵਿੱਚ ਉਹ ਨਹੀਂ ਹੈਗਾ ਵੀ ਸੇਫਟੀ ਨਹੀਂ ਹੈਗੀ ਬਜ਼ੁਰਗਾਂ ਦੀ ਬੱਚਿਆਂ ਦੀ ਤਾਂ ਖਾਸ ਕਰਕੇ ਹੈ ਨਹੀਂ ਕੋਈ ਸੇਫਟੀ ਹੋਰ ਪੈਸਾ ਤਾਂ ਨਹੀਂ ਹੋਇਆ ਕੋਈ ਨਹੀਂ ਪੈਸਾ ਨਹੀਂ ਹੋਇਆ ਕੋਈ ਮੇਰਾ ਨਾਮ ਵਿਸ਼ਾਲ ਭਾਰਤੀ ਹੈ ਜੀ ਘਟਨਾ ਹੋਈ ਹੈ ਲੁੱਟ ਦੀ ਕਿਵੇਂ ਇਹ ਘਟਨਾ ਸਾਡੀ ਦੁਕਾਨ 'ਤੇ ਹੀ ਹੈ ਮੇਰੇ ਤਾਇਆ ਜੀ ਨਾਲ ਹੋਈ ਹੈ ਮੇਰੇ ਤਾਏ ਦੀ ਸ਼ੋਪ ਹੈ ਜਿਵੇਂ ਦਿਨ ਦਿਹਾੜੇ ਜਿਹੜੀ ਲੁੱਟਾਂ ਖੂਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜਿਵੇਂ ਦਿਨ ਦਿਹਾੜੇ ਜਿਹੜੀਆਂ ਵਾਰਦਾਤਾਂ ਕਦੇ ਬਾਲੀਆਂ ਲੈ ਗਏ ਸੀ ਕੁਛ ਦਿਨ ਪਹਿਲਾਂ ਉਤਾਰ ਕੇ ਇੱਕ ਲੇਡੀ ਤੋਂ ਗੁਰੂ ਨਾਨਕ ਰੋਡ 'ਤੇ ਅਤੇ ਹੁਣ ਸਾਡੇ ਘਰ ਦੇ ਵਿੱਚ ਤਾਇਆ ਜੀ ਦੇ ਸਾਹਮਣੇ ਸਬਜ਼ੀ ਲੈ ਰਹੇ ਸੀ ਅਤੇ ਲੈਂਦੇ ਲੈਂਦੇ ਤੋਂ ਤਿੰਨ ਮੁੰਡੇ ਆਏ ਜਿਵੇਂ ਉਹਨਾਂ ਦੇ ਕਹਿਣ ਦੇ ਮੁਤਾਬਿਕ ਤਿੰਨ ਮੁੰਡੇ ਆਏ ਅਤੇ ਉਹਨਾਂ ਦੀ ਗੱਲਾਂ ਵਿੱਚ ਪਾ ਕੇ ਉਹਨਾਂ ਦੀ ਜਿਹੜੀ ਰਿੰਗ ਹੈ ਉਹ ਉਤਾਰ ਕੇ ਲੈ ਗਏ ਸੋ ਇਹਦਾ
ਅੱਜ ਤਾਂ ਰਿੰਗ ਲੈ ਕੇ ਗਏ ਨੇ, ਜਾਨ ਮਾਲ ਨੂੰ ਵੀ ਨੁਕਸਾਨ ਹੋ ਸਕਦਾ ਸੀ। ਬਜ਼ੁਰਗ ਬੰਦੇ ਨੇ ਤਕਰੀਬਨ 80 ਸਾਲ ਦੇ ਕਰੀਬ ਇਹਨਾਂ ਦੀ ਜਿਹੜੀ ਉਮਰ ਹੈ। ਸੋ ਜਿਹੜੇ ਮੈਨੂੰ ਸਮਝ ਤੋਂ ਬਾਹਰ ਹੈ ਵੀ ਦਿਨ ਦਿਹਾੜੇ ਜਿਹੜੀਆਂ ਲੁੱਟਾਂ ਖੋਹਾਂ ਹੋ ਰਹੀਆਂ ਨੇ, ਗੈਂਗਸਟਰਾਂ ਦੇ ਹੌਂਸਲੇ ਬੁਲੰਦ ਹੋ ਰਹੇ ਨੇ, ਅਤੇ ਸੇਫ ਕੌਣ ਹੈ ਸਾਡੇ ਸਮਾਜ ਦੇ ਵਿੱਚ, ਸਾਡੇ ਪੰਜਾਬ ਦੇ ਵਿੱਚ ਜਿਹੜੀਆਂ ਇੰਨੀਆਂ ਵਾਰਦਾਤਾਂ ਹੋ ਰਹੀਆਂ ਨੇ, ਇਹਦਾ ਜ਼ਿੰਮੇਵਾਰ ਕੌਣ ਹੈ? ਅਸੀਂ ਤਾਂ ਇਹੀ ਮੰਗ ਕਰਦੇ ਹਾਂ ਕਿ ਸਖ਼ਤ ਤੋਂ ਸਖ਼ਤ ਇਹਦਾ ਜਿਹੜਾ ਐਕਸ਼ਨ ਲੈਣਾ ਚਾਹੀਦਾ, ਇਹਦੇ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਪ੍ਰਸ਼ਾਸਨ ਦੀ ਜਿਹੜੀ ਸਾਨੂੰ ਪ੍ਰਸ਼ਾਸਨ ਨੂੰ ਇਤਲਾਹ ਦੇ ਦਿੱਤੀ ਗਈ ਹੈ, ਅਤੇ ਅਸੀਂ ਉਮੀਦ ਕਰਦੇ ਹਾਂ ਕਿ ਪ੍ਰਸ਼ਾਸਨ ਸਾਡੇ ਨਾਲ ਜਿਹੜਾ ਸਹਿਯੋਗ ਦਊਗਾ, ਅਤੇ ਬਹੁਤ ਹੀ ਜਲਦੀ ਜਿਹੜੇ ਲੁੱਟ ਖੋਹ ਕਰਨ ਵਾਲੇ ਜਿਹੜੇ ਇਹ ਸ਼ਰਾਰਤੀ ਅਨਸਰ ਨੇ ਸਲਾਖਾਂ ਪਿੱਛੇ ਜਾਣਗੇ। ਮੁੰਡੀ ਕੋਈ ਨਹੀਂ ਗਈ, ਉਹ ਬਜ਼ੁਰਗ ਨਾ ਸਬਜ਼ੀ ਲੈਣ ਲੱਗਿਆ ਸੀਗਾ, ਉਹ ਦੂਸਰੇ ਬੰਦੇ ਵੀ ਆ ਕੇ ਉੱਥੇ ਸਬਜ਼ੀ ਲੈਣ ਲੱਗ ਗਏ। ਉਹ ਬਜ਼ੁਰਗ ਨੂੰ ਉਹਨਾਂ ਨੇ ਕਿਹਾ, ਕਹਿੰਦਾ ਬਜ਼ੁਰਗਾ ਤੇਰੀ ਮੁੰਡੀ ਬਹੁਤ ਵਧੀਆ। ਉਹ ਉਹਨੂੰ ਦਿਖਾਉਣ ਲੱਗ ਗਿਆ, ਦਿਖਾਉਂਦੇ ਉਹ ਕਹਿੰਦਾ ਉਹਨੇ ਕੱਢ ਕੇ ਫੜਾ ਤੀ, ਉਹ ਲੈ ਕੇ ਤੁਰ ਗਏ। ਕਿੰਨੇ ਕੁ ਬੰਦੇ ਸੀਗੇ? ਦੋ ਬੰਦੇ ਸੀਗੇ ਫਿਲਹਾਲ ਮੋਟਰਸਾਈਕਲ। ਬਜ਼ੁਰਗ ਕਿੰਨੀ ਕੁ ਉਮਰ ਹੈ? ਬਜ਼ੁਰਗ ਦੀ 80 ਕੁ ਸਾਲ ਦੀ ਉਮਰ ਹੈ। ਕੁਝ ਬਜ਼ੁਰਗ ਨੇ ਦੱਸਿਆ ਵੀ ਕੋਈ ਹੋਰ ਕੋਈ ਹਥਿਆਰ ਵਗੈਰਾ? ਨਾ ਨਾ ਨਾ, ਕੁਛ ਨਹੀਂ ਸੀ। ਉਹ ਤਾਂ ਸਬਜ਼ੀ ਵਾਲੇ ਨਾਲ ਮੈਂ ਗੱਲ ਕੀਤੀ ਹੈ, ਸਾਰੀ ਮੌਕੇ ਤੇ ਪਹੁੰਚ ਗਿਆ ਸੀ। ਕਿਤੇ ਉਹ ਕੈਮਰੇ 'ਚ ਆਏ ਨੇ ਬੰਦੇ? ਹਾਂ, ਨਾਲ ਦੀ ਦੁਕਾਨ ਦੇ ਕੈਮਰੇ ਦੇ ਵਿੱਚ ਬੰਦੇ ਆਉਂਦੇ ਦਿਖਦੇ ਨੇ, ਬਾਕੀ ਦੁਕਾਨਾਂ ਦੇ ਕੈਮਰੇ ਵੀ ਚੈੱਕ ਕੀਤੇ ਜਾ ਰਹੇ ਨੇ। ਸਮਰਾਲਾ ਤੋਂ ਪੱਤਰਕਾਰ ਭੂਸ਼ਣ ਬੰਸਲ ਦੀ ਖਾਸ ਰਿਪੋਰਟ। ਪਤਾ ਨਹੀਂ ਲੱਗਿਆ ਜੀ।